ਪੰਜਾਬ ਦੇ ਜ਼ੀਰਕਪੁਰ ਰਾਜਪੁਰਾ ਹਾਈਵੇ ਤੇ ਅਜ਼ੀਜ਼ਪੁਰ ਟੋਲ ਪਲਾਜ਼ਾ ਤੇ PRTC ਤੇ ਟੋਲ ਜਿਹੜੇ ਕਰਮਚਾਰੀ ਹੈ ਉਹਨਾਂ ਦੇ ਵਿੱਚ ਹੰਗਾਮਾ ਹੋਇਆ, ਆਪਸ 'ਚ ਹਾਤਾਪਾਈ ਹੋਈ ਹੈ ਕਿਸੇ ਗੱਲ ਨੂੰ ਲੈ ਕੇ, ਜਿਸ ਕਰਕੇ ਪੂਰਾ ਜਿਹੜਾ ਜਾਮ ਲਾ ਦਿੱਤਾ ਗਿਆ, ਪੂਰਾ ਟੋਲ ਬੰਦ ਕਰ ਦਿੱਤਾ ਗਿਆ। ਹਾਲਾਂਕਿ ਕਰੀਬ 2 ਤੋਂ 3 ਘੰਟੇ ਇਹ ਲਗਾਤਾਰ ਜਿਹੜਾ ਜਾਮ ਹੈ ਉਹ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ PRTC ਦੇ ਡਰਾਈਵਰ ਦੇ ਨਾਲ ਹਾਤਾਪਾਈ ਹੋਈ ਸੀ, ਥੱਪੜੋ ਥੱਪੜੀ ਹੋਈ ਸੀ, ਜਿਸ ਤੋਂ ਬਾਅਦ PRTC ਵੱਲੋਂ ਇਹ ਪੂਰਾ ਜਾਮ ਲਾ ਦਿੱਤਾ ਗਿਆ ਸੀਗਾ। ਹਾਲਾਂਕਿ ਹੁਣ ਇਹ ਪੂਰਾ ਦੋਵੇਂ ਪਾਸੇ, ਜੇ ਅਸੀਂ ਗੱਲ ਕਰ ਲਈਏ, ਦੋਵੇਂ ਪਾਸੇ ਇਹ ਪੂਰਾ ਜਾਮ ਲੱਗਿਆ ਹੋਇਆ। ਇਹ ਜ਼ੀਰਕਪੁਰ ਹਾਈਵੇ ਦਾ ਇਹ ਤਸਵੀਰਾਂ ਨੇ ਜਿੱਥੇ ਪੂਰਾ ਜਾਮ ਲੱਗਿਆ ਹੋਇਆ। ਸਰ, ਕਿੱਥੇ ਜਾਣਾ ਤੁਸੀਂ? ਜਾਮ ਜੂਮ ਲੱਗਿਆ ਹੋਇਆ? ਹਾਂ ਜਾਮ ਯਾਰ, ਅਸੀਂ ਤਾਂ ਜਾਣਾ ਸੀ, ਕਿਸੇ ਦੀ ਡੈਥ ਹੋ ਗਈ, ਐਮਰਜੈਂਸੀ ਸਾਨੂੰ, ਤੇ ਹੁਣ ਕੀ ਕਰੀਏ, ਕਿਧਰੋਂ ਹੋਇਆ ਕਿਆ ਇਧਰ? ਜਾਮ ਲੱਗਿਆ ਹੋਇਆ, ਰੋਡ ਬੰਦ ਹੈ, ਆਪਸ ਚ ਲੜਾਈ ਝਗੜਾ ਹੋਇਆ। ਹੁਣ ਕਿਹੜੇ ਰੂਟ ਤੇ ਜਾ ਰਹੇ ਹੋ? ਹੁਣ ਦੇਖਦੇ ਆ ਕਿੱਥੋਂ ਰਸਤਾ ਮਿਲੇਗਾ, ਉਧਰੋਂ ਜਾਵਾਂਗੇ। ਹੋਰ ਠੀਕ ਹੈ, ਠੀਕ ਹੈ। ਤੇ ਪੂਰਾ ਇਹ ਜਾਮ ਲੱਗਿਆ ਹੋਇਆ, ਲੋਕ ਰੋਂਗ ਸਾਈਡ ਤੇ ਆ ਰਹੇ ਹੈ, ਕਿਉਂਕਿ ਲਗਾਤਾਰ ਜਿਹੜਾ ਉਹ ਜਾਮ ਜਿਹੜਾ ਲੱਗਿਆ ਹੋਇਆ, ਔਰ ਕਿਉਂਕਿ ਆਪਸ ਚ ਬਹਿਸਬਾਜ਼ੀ ਹੋਈ ਸੀ, ਜਿਸ ਕਰਕੇ ਇਹ ਪੂਰਾ ਜਿਹੜਾ PRTC ਵੱਲੋਂ ਜਾਮ ਲਾ ਦਿੱਤਾ ਗਿਆ ਸੀ। ਹੁਣ ਲੋਕ ਰੋਂਗ ਸਾਈਡ ਜਿਹੜਾ ਉਹ ਜਾਂਦੇ ਨਜ਼ਰ ਆ ਰਹੇ ਨੇ, ਕਿਉਂਕਿ ਇਹ ਹਾਈਵੇ ਹੈ, ਇਸ ਕਰਕੇ ਦਿੱਕਤ ਹੋ ਜਾਂਦੀ ਹੈ, ਕਿਉਂਕਿ ਸਵੇਰ ਦਾ ਸਮਾਂ ਹੈ ਔਰ ਜਿਸ ਤਰ੍ਹਾਂ ਦਾ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਜਿਹੜੀ ਹੈ ਹੋ ਰਹੀ ਹੈ, ਇਸ ਕਰਕੇ ਲੋਕ ਰੋਂਗ ਸਾਈਡ ਆਉਂਦੇ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਮਾਮਲਾ ਦਰਜ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ। ਜੇ ਆਪਾਂ ਗੱਲ ਕਰੀਏ, ਕਾਫੀ ਵਿਵਾਦ ਜਿਹੜਾ ਉਹ ਸਾਹਮਣੇ ਆਇਆ ਸੀਗਾ, ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਜਿਹੜੀ ਹੈਗੀ ਉੱਥੇ ਪਹੁੰਚ ਚੁੱਕੀ ਹੈ। ਹੁਣ ਪੁਲਿਸ ਲਗਾਤਾਰ ਇਹਨੂੰ ਜਾਮ ਨੂੰ ਜਿਹੜਾ ਖੁਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪੰਜਾਬ ਦੇ ਜ਼ੀਰਕਪੁਰ ਰਾਜਪੁਰਾ ਹਾਈਵੇ ਤੇ ਅਜ਼ੀਜ਼ਪੁਰ ਟੋਲ ਪਲਾਜ਼ਾ ਤੇ PRTC ਤੇ ਟੋਲ ਜਿਹੜੇ ਕਰਮਚਾਰੀ ਹੈ ਉਹਨਾਂ ਦੇ ਵਿੱਚ ਹੰਗਾਮਾ ਹੋਇਆ, ਆਪਸ ਚ ਹਾਤਾਪਾਈ ਹੋਈ ਹੈ ਕਿਸੇ ਗੱਲ ਨੂੰ ਲੈ ਕੇ, ਜਿਸ ਕਰਕੇ ਪੂਰਾ ਜਿਹੜਾ ਜਾਮ ਲਾ ਦਿੱਤਾ ਗਿਆ, ਪੂਰਾ ਟੋਲ ਬੰਦ ਕਰ ਦਿੱਤਾ ਗਿਆ। ਹਾਲਾਂਕਿ ਕਰੀਬ 2 ਤੋਂ 3 ਘੰਟੇ ਇਹ ਲਗਾਤਾਰ ਜਿਹੜਾ ਜਾਮ ਹੈ ਉਹ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ PRTC ਦੇ ਡਰਾਈਵਰ ਦੇ ਨਾਲ ਹਾਤਾਪਾਈ ਹੋਈ ਸੀ, ਥੱਪੜੋ ਥੱਪੜੀ ਹੋਈ ਸੀ, ਜਿਸ ਤੋਂ ਬਾਅਦ PRTC ਵੱਲੋਂ ਇਹ ਪੂਰਾ ਜਾਮ ਲਾ ਦਿੱਤਾ ਗਿਆ ਸੀਗਾ। ਹਾਲਾਂਕਿ ਹੁਣ ਇਹ ਪੂਰਾ ਦੋਵੇਂ ਪਾਸੇ, ਜੇ ਅਸੀਂ ਗੱਲ ਕਰ ਲਈਏ, ਦੋਵੇਂ ਪਾਸੇ ਇਹ ਪੂਰਾ ਜਾਮ ਲੱਗਿਆ ਹੋਇਆ। ਇਹ ਜ਼ੀਰਕਪੁਰ ਹਾਈਵੇ ਦਾ ਇਹ ਤਸਵੀਰਾਂ ਨੇ ਜਿੱਥੇ ਪੂਰਾ ਜਾਮ ਲੱਗਿਆ ਹੋਇਆ। ਸਰ, ਕਿੱਥੇ ਜਾਣਾ ਤੁਸੀਂ? ਜਾਮ ਜੂਮ ਲੱਗਿਆ ਹੋਇਆ? ਹਾਂ ਜਾਮ ਯਾਰ, ਅਸੀਂ ਤਾਂ ਜਾਣਾ ਸੀ, ਕਿਸੇ ਦੀ ਡੈਥ ਹੋ ਗਈ, ਐਮਰਜੈਂਸੀ ਸਾਨੂੰ, ਤੇ ਹੁਣ ਕੀ ਕਰੀਏ, ਕਿਧਰੋਂ ਹੋਇਆ ਕਿਆ ਇਧਰ? ਜਾਮ ਲੱਗਿਆ ਹੋਇਆ, ਰੋਡ ਬੰਦ ਹੈ, ਆਪਸ ਚ ਲੜਾਈ ਝਗੜਾ ਹੋਇਆ। ਹੁਣ ਕਿਹੜੇ ਰੂਟ ਤੇ ਜਾ ਰਹੇ ਹੋ? ਹੁਣ ਦੇਖਦੇ ਆ ਕਿੱਥੋਂ ਰਸਤਾ ਮਿਲੇਗਾ, ਉਧਰੋਂ ਜਾਵਾਂਗੇ। ਹੋਰ ਠੀਕ ਹੈ, ਠੀਕ ਹੈ। ਤੇ ਪੂਰਾ ਇਹ ਜਾਮ ਲੱਗਿਆ ਹੋਇਆ, ਲੋਕ ਰੋਂਗ ਸਾਈਡ ਤੇ ਆ ਰਹੇ ਹੈ, ਕਿਉਂਕਿ ਲਗਾਤਾਰ ਜਿਹੜਾ ਉਹ ਜਾਮ ਜਿਹੜਾ ਲੱਗਿਆ ਹੋਇਆ, ਔਰ ਕਿਉਂਕਿ ਆਪਸ ਚ ਬਹਿਸਬਾਜ਼ੀ ਹੋਈ ਸੀ, ਜਿਸ ਕਰਕੇ ਇਹ ਪੂਰਾ ਜਿਹੜਾ PRTC ਵੱਲੋਂ ਜਾਮ ਲਾ ਦਿੱਤਾ ਗਿਆ ਸੀ। ਹੁਣ ਲੋਕ ਰੋਂਗ ਸਾਈਡ ਜਿਹੜਾ ਉਹ ਜਾਂਦੇ ਨਜ਼ਰ ਆ ਰਹੇ ਨੇ, ਕਿਉਂਕਿ ਇਹ ਹਾਈਵੇ ਹੈ, ਇਸ ਕਰਕੇ ਦਿੱਕਤ ਹੋ ਜਾਂਦੀ ਹੈ, ਕਿਉਂਕਿ ਸਵੇਰ ਦਾ ਸਮਾਂ ਹੈ ਔਰ ਜਿਸ ਤਰ੍ਹਾਂ ਦਾ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਜਿਹੜੀ ਹੈ ਹੋ ਰਹੀ ਹੈ, ਇਸ ਕਰਕੇ ਲੋਕ ਰੋਂਗ ਸਾਈਡ ਆਉਂਦੇ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਮਾਮਲਾ ਦਰਜ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ। ਜੇ ਆਪਾਂ ਗੱਲ ਕਰੀਏ, ਕਾਫੀ ਵਿਵਾਦ ਜਿਹੜਾ ਉਹ ਸਾਹਮਣੇ ਆਇਆ ਸੀਗਾ, ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਜਿਹੜੀ ਹੈਗੀ ਉੱਥੇ ਪਹੁੰਚ ਚੁੱਕੀ ਹੈ। ਹੁਣ ਪੁਲਿਸ ਲਗਾਤਾਰ ਇਹਨੂੰ ਜਾਮ ਨੂੰ ਜਿਹੜਾ ਖੁਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।